दोस्तों स्वागत है तुहाडा साडे चैनल पीरी फकीरी नूर विच। दोस्तों अज असी तुहानूं एक कोल सुनाउण जा रहे हां, एक वाकया सुनाउण जा रहे हां जो 11वीं वाली सच्ची सरकार गौस पाक अब्दुल कादिर शाहे जलानी कुतुब रबानी महबूबे सुबानी पीरां दे पीर ते बगदाद दे एक जादूगर दा है। ਉਹ ਜਾਦੂਗਰ ਕਿਸੇ ਵੀ ਫਕੀਰ ਨਾਲ ਹੱਥ ਮਿਲਾ ਕੇ ਉਸ ਦੀ ਫਕੀਰੀ ਖੋ ਲੈਂਦਾ ਸੀ, ਉਸ ਦੀ ਰੂਹਾਨੀ ਤਾਕਤ ਖੋ ਲੈਂਦਾ ਸੀ। ਸੋ ਉਸ ਵਾਕਿਆ ਨੂੰ, ਉਸ ਕੋਲ ਨੂੰ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਬਗਦਾਦ ਸ਼ਹਿਰ ਦੇ ਅੰਦਰ ਇੱਕ ਬਹੁਤ ਵੱਡਾ ਜਾਦੂਗਰ ਸੀ ਜੋ ਬਹੁਤ ਸਾਰੇ ਇਲਮਾਂ ਦਾ ਮਾਹਿਰ ਸੀ। ਉਸਨੇ ਸਾਰੇ ਇਲਮ ਸਿੱਖੇ ਹੋਏ ਸਨ। ਜਦੋਂ ਉਸਨੇ ਸਾਰੇ ਇਲਮ ਸਿੱਖ ਲਏ ਤਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਉਣ ਲੱਗਾ। ਕਿਸੇ ਦੇ ਪਸ਼ੂ ਮਾਰ ਦਿੰਦਾ, ਲੋਕਾਂ 'ਤੇ ਭੂਤਾਂ ਪ੍ਰੇਤਾਂ ਜਿਨ੍ਹਾਂ ਨੂੰ ਛੱਡ ਦਿੰਦਾ। ਲੋਕ ਉਸ ਤੋਂ ਡਰਨ ਲੱਗੇ। ਉਸ ਵਿੱਚ ਇਲਮ ਅਤੇ ਸ਼ਕਤੀਆਂ ਦਾ ਹੰਕਾਰ ਬਹੁਤ ਜ਼ਿਆਦਾ ਆ ਗਿਆ। ਉਹ ਜਾਦੂਗਰ ਪੂਰੇ ਬਗਦਾਦ 'ਤੇ ਰਾਜ ਕਰਨਾ ਚਾਹੁੰਦਾ ਸੀ। ਇਸ ਲਈ ਉਹ ਕਈ ਸਾਧੂ ਫਕੀਰਾਂ ਲੋਕਾਂ ਨੂੰ ਆਪਣੇ ਕਾਲੇ ਇਲਮ ਕਾਲੀਆਂ ਸ਼ਕਤੀਆਂ ਨਾਲ ਉਹਨਾਂ ਨੂੰ ਗੁਲਾਮ ਬਣਾਉਣ ਲੱਗਾ। ਇਸ ਤਰ੍ਹਾਂ ਉਸ ਦਾ ਹੰਕਾਰ ਮਾੜੇ ਕੰਮ ਵੱਧਦੇ ਗਏ। ਫਿਰ ਉਸਨੇ ਸਾਰੇ ਬਗਦਾਦ ਦੇ ਫਕੀਰਾਂ ਨੂੰ ਸ਼ਕਤੀਹੀਨ ਕਰਨ ਦਾ ਸੋਚਿਆ ਅਤੇ ਸਾਰਿਆਂ ਦਾ ਖੁਦਾ ਬਣਨ ਬਾਰੇ ਸੋਚਣ ਲੱਗਾ। ਫਿਰ ਉਹ ਸਾਰੇ ਫਕੀਰਾਂ ਕੋਲ ਜਾਣ ਲੱਗਾ ਅਤੇ ਫਕੀਰਾਂ ਨਾਲ ਹੱਥ ਮਿਲਾਉਂਦਾ ਅਤੇ ਉਹਨਾਂ ਦੀ ਫਕੀਰੀ ਖੋ ਲੈਂਦਾ, ਫਕੀਰਾਂ ਨੂੰ ਸ਼ਕਤੀਹੀਣ ਕਰ ਦਿੰਦਾ, ਉਹਨਾਂ ਦੀ ਭਗਤੀ ਤਪ ਫਕੀਰੀ ਖੋ ਲੈਂਦਾ। ਇਸ ਤਰ੍ਹਾਂ ਉਹ ਕਈ ਫਕੀਰਾਂ ਨੂੰ ਮਿਲਦਾ ਅਤੇ ਉਹਨਾਂ ਦੀ ਫਕੀਰੀ ਖੋ ਲੈਂਦਾ, ਉਹਨਾਂ ਨੂੰ ਖਾਲੀ ਕਰ ਦਿੰਦਾ, ਉਹਨਾਂ ਨਾਲ ਹੱਥ ਮਿਲਾਉਂਦਾ ਅਤੇ ਫਕੀਰੀ ਖੋ ਲੈਂਦਾ। ਜਦੋਂ ਹੱਥ ਮਿਲਾਉਂਦਾ ਉਸੇ ਟਾਈਮ ਫਕੀਰਾਂ ਦੀ ਤਾਕਤ ਫਕੀਰੀ ਜਾਦੂਗਰ ਤੋਂ ਜਾਦੂਗਰ ਉਸ ਕੋਲ ਆ ਜਾਂਦੀ। ਇਸ ਤਰ੍ਹਾਂ ਬਹੁਤ ਫਕੀਰ ਖਾਲੀ ਹੋ ਗਏ। ਫਿਰ ਸਾਰੇ ਫਕੀਰ ਇਕੱਠੇ ਹੋ ਕੇ 11ਵੀਂ ਵਾਲੀ ਸਰਕਾਰ ਪੀਰਾਂ ਦੇ ਪੀਰ ਗੌਸ ਪਾਕ ਜੀ ਕੋਲ ਗਏ। ਉਹਨਾਂ ਨੂੰ ਫਕੀਰਾਂ ਨੇ ਸਜਦਾ ਸਲਾਮ ਕੀਤਾ ਅਤੇ ਆਪਣੀ ਫਕੀਰੀ ਵਾਲੇ ਬਾਣੇ ਸਰਕਾਰ ਦੇ ਕਦਮਾਂ ਵਿੱਚ ਸੁੱਟ ਦਿੱਤੇ ਅਤੇ ਜਾਦੂਗਰ ਦੀ ਗੱਲ ਦੱਸੀ ਕਿ ਹੱਥ ਮਿਲਾ ਕੇ ਫਕੀਰੀ ਖੋ ਲੈਂਦਾ ਹੈ ਅਤੇ ਸਾਡੀ ਸਾਰਿਆਂ ਦੀ ਫਕੀਰੀ ਉਸਨੇ ਖੋ ਲਈ ਹੈ। ਸਾਡਾ ਯੱਪ ਤੱਪ, ਸਾਡੀ ਰੂਹਾਨੀ ਸ਼ਕਤੀ ਉਸ ਜਾਦੂਗਰ ਨੇ ਖੋ ਲਈ ਹੈ। ਤਾਂ ਆਪ ਸਰਕਾਰ ਨੇ ਉਹਨਾਂ ਫਕੀਰਾਂ ਨੂੰ ਕਿਹਾ, ਘਬਰਾਓ ਨਾ, ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਜਾਦੂਗਰ ਕੋਲ ਸਰਕਾਰ ਅਤੇ ਉਹ ਫਕੀਰ ਉੱਥੋਂ ਰੂਹ ਪੋਸ਼ ਹੋ ਗਏ, ਗਾਇਬ ਹੋ ਗਏ ਅਤੇ ਜਾਦੂਗਰ ਦੇ ਡੇਰੇ 'ਤੇ ਪਹੁੰਚ ਗਏ। ਆਪ ਗੌਸ ਪਾਕ ਸਰਕਾਰ ਨੇ ਫਕੀਰ ਦਾ ਰੂਪ ਧਾਰਨ ਕੀਤਾ, ਅਸਲੀ ਰੂਪ ਨੂੰ ਬਦਲ ਲਿਆ ਅਤੇ ਇੱਕ ਆਮ ਜਿਹੇ ਫਕੀਰ ਬਣ ਗਏ। ਅਤੇ ਜਦੋਂ ਜਾਦੂਗਰ ਕੋਲ ਗਏ, ਜਦੋਂ ਆਪ ਸਰਕਾਰ ਪੀਰਾਂ ਦੇ ਪੀਰ ਨਾਲ ਹੱਥ ਮਿਲਾਉਣ ਲੱਗਾ ਤਾਂ ਸਰਕਾਰ ਨੇ ਹੱਥ ਅੱਗੇ ਵਧਾਇਆ। ਸਰਕਾਰ ਮੁਸਕਰਾਏ ਅਤੇ ਬੋਲੇ ਕਿ ਅਸੀਂ ਪਹਿਲੀ ਵਾਰ ਹੱਥ ਮਿਲਾਉਣ ਲੱਗੇ ਹਾਂ ਕਿਸੇ ਸ਼ਖਸ ਨਾਲ। ਸੋਚ ਸਮਝ ਕੇ ਹੱਥ ਮਿਲਾਈ ਤਾਂ ਜਾਦੂਗਰ ਆਪਣੇ ਪੂਰੇ ਗਰੂਰ ਵਿੱਚ ਸੀ। ਤਾਂ ਜਾਦੂਗਰ ਬੋਲਿਆ, ਮੈਂ ਜਿਸ ਨਾਲ ਵੀ ਹੱਥ ਮਿਲਾਉਂਦਾ ਹਾਂ ਉਹ ਮੈਨੂੰ ਕਦੇ ਵੀ ਨਹੀਂ ਭੁੱਲਦਾ, ਉਹ ਮੇਰਾ ਤਾਬੇਦਾਰ ਬਣ ਜਾਂਦਾ ਹੈ। ਜਾਦੂਗਰ ਆਪਣੇ ਇਲਮਾਂ ਕਰਕੇ ਪੂਰੇ ਹੰਕਾਰ ਵਿੱਚ ਸੀ। ਜਦੋਂ ਉਸ ਜਾਦੂਗਰ ਨੇ ਗੌਸ ਪਾਕ ਸਰਕਾਰ ਨਾਲ ਹੱਥ ਮਿਲਾਇਆ ਤਾਂ ਇੱਕ ਸੈਕਿੰਡ, ਇੱਕ ਪਲ ਵਿੱਚ ਉਸੇ ਵਕਤ ਉਸ ਨੂੰ ਜਾਦੂਗਰ ਨੂੰ ਇੱਕ ਜ਼ੋਰਦਾਰ ਝਟਕਾ ਲੱਗਾ ਅਤੇ ਖਾਲੀ ਹੋ ਗਿਆ, ਸ਼ਕਤੀਹੀਣ ਹੋ ਗਿਆ। ਉਸਨੇ
सारे इलम चला के देखे, कोई भी ना इलम चलिया या दूगर जीरो हो गया। उस दियां शक्तियां गोस पाक सरकार ने हथ मिला के खो लिया, जो उसने फकीरां दियां फकीरियां खोईयां सी वो तो सरकार ने खोईया ही, सगो उस यादूगर दा सारा यादू उसका इलम भी खो लिया। यादूगर बहुत पछताया ते माफिया मंगन लगा ते बोलिया, तुसी कौन हो? तुसी कोई आम फकीर नहीं हो सकते जिसने मेरी शक्ति सारा इलम इको झटके विच खो लिया। ता गोस पाक सरकार फकीर वाले रूप तो अपने असली रूप विच आए। जदों उसने यादूगर ने गोस पाक सरकार नू देखिया ता कदमां दे विच डिग पिया, ता माफिया मंगन लगा। गोस पाक सरकार आप उत्थों रूपोश हो गए, उत्थों गायब हो गए, और जो उन्हां फकीरां दियां फकीरियां उन्हां नू वापस दे दित्तियां। उन्हां फकीरां ने सरकार दा शुक्रिया कीता। उस यादूगर दा बहुत बुरा हाल होया, उसने कई साल सरकार दी इबादत कीती, भुल्लां बख्शाइयां। उस दी इबादत तो खुश हो के गोस पाक सरकार दोबारा उस कोल आए, उस यादूगर नू माफ़ी दे दित्ती, उस नू सारे पापा तो मुक्त कर दिता। ते ओ यादूगर सरकार तो प्रभावित हो के सरकार दा मरीद बन गया, सरकार दा फकीर बन गया, उस दे दर दा फकीर हो गया। और गोस पाक सरकार ने उन्हां फकीरां दियां फकीरियां ताकतां वापस यादूगर कोलों खो के छुड़ा के फकीरां नू वापस दित्तियां। इसे लई बहुत वड्डा रुतबा है गोस पाक सरकार अब्दुल कादिर शाह जिलानी। कुतुब रुबानी महबूब सुबानी पीरां दे पीर दा, आप सरकार ने पापियां नू भी बख्शिया, चोरां नू कुतुब बनाया, ते आशकां दे भी डुब्बे वेले पार लाए। ये सरकार दा ते यादूगर दा वाकया सी। ये वाकया ये कोल ये गोस पाक सरकार दे बोल जिस दे भी कन्न विच पए, जिसने भी शरदा नाल सुनिया, गोस पाक सरकार दे ये बचन उन्हां दी भी हाजरी सरकार मंजूर करे। जय पीरां दी, जय पीर गोस पाक सरकार दी सदा जय। या सखी सरवर, हक सखी सरवर, सलाम सारयां नू। मिलांगे दोस्तो अगली वीडियो विच। दोस्तो जय दाता जी, जय सोने रब दी।